अमृतसर दे पुलिस चौकी विजयनगर दे इक इलाके च आंडी गुआंडियां विचाले उस वेले माहौल तनावपूर्ण हो गया जदों गली विच कार खड़ी करन नूं लैके झगड़ा होया। झगड़ा इन्ना वध गया कि दोवें धिरां विचाले झड़प होई जिसकी वीडियो सीसीटीवी कैमरे च कैद हो गई है। सीसीटीवी कैमरे विच साफ नजर आ रहा है कि किस तरह एक धिर वालों दूसरी धिर ते पथराव किया जा रहा है। पीड़ित राकेश भसीन ने कहा कि उन्हां ते हमला करन वाली धिर दे घर च फंक्शन चल रहा सी। 10 घर छड़ के पुलिस मुलाजम का घर बन रहा सी। पुलिस मुलाजम का किसी नाल विवाद हो गया। मैं दोहां धिरां नूं समझाउण दी कोशिश कीती पर उल्टा दोषी साडे घर आए ते सानूं जानो मारन दी कोशिश च साडे ते गमले कुर्सियां नाल हमला कीता। उन्हां ने पुलिस मुलाजम ते उसदे परिवार ते कारवाई करन दी मंग कीती है। मैं राकेश भसीन चिसना सूर्यवंशी राष्ट्रीय अध्यक्ष हां। जी जी, साडे असां की गली दे विच ना प्रोग्राम चलन डिया सी। ओह मुलाजम कोई उत्थे मकान उहने बनाया वा, दो अपना अपना बना डिया सी मकान, ते उहने 10 घर छड के उहदा घर हैगा। ਠੀਕ ਹੈ ਨਾ, ਉਹਨਾਂ ਨੇ ਮਕਾਨ ਬਣਾਇਆ ਬਾਹਰ, ਕੋਈ ਇਹਨਾਂ ਦੀ ਆਪਸ ਕਿਸੇ ਦੀ ਆਪਸ ਬਹਿਸ ਵਸਾਈ ਹੋਣ ਡਈ ਸੀ। ਮੈਂ ਉਹਦੇ ਮਾਮਲੇ ਦੇ ਵਿੱਚ ਬਾਹਰ ਆ ਕੇ ਗੱਲਬਾਤ ਸੁਣਨ ਵਾਸਤੇ ਆਇਆ ਕਿ ਵੀ ਇਹਨਾਂ ਦੀ ਕੀ ਗੱਲ ਹੋਈ ਆਪਸ ਦੇ ਵਿੱਚ, ਅਤੇ ਮੈਂ ਬਾਹਰ ਵੇਖਾਂ ਸਹੀ ਨਹੀਂ ਗਾਲਮਾਂ ਦਾ ਕਿਉਂ ਡਿਆ ਵਾ। ਮੈਂ ਬਾਹਰ ਆਇਆ ਵਾਂ ਅਤੇ ਉਹ ਆਪਸ ਵਿੱਚ ਬਹਿਸ ਵਸਾਈ ਕਰਦੇ ਪਏ। ਮੈਂ ਸਗੋਂ ਉਹਨਾਂ ਨੂੰ ਛਡਾ ਕੇ ਕਹਿੰਦੇ ਪਿਓ ਨੂੰ ਬੜਾ ਸਮਝਾਇਆ ਕਿ ਮੈਂ ਤੁਹਾਡੇ ਘਰ ਫੰਕਸ਼ਨ ਹੈਗਾ ਵਾ, ਤੁਸੀਂ ਆਪਣੇ ਘਰ ਅੰਦਰ ਜਾਓ ਭਾਜੀ, ਆਪਾਂ ਪ੍ਰੋਗਰਾਮ ਖਰਾਬ ਨਹੀਂ ਕਰਨਾ। ਅਤੇ ਇਹਦੇ ਜਿਹੜੇ ਮੁੰਡੇ ਆ ਦੋ, ਉਹ ਸਰ ਗੁੰਡਾਗਰਦੀ ਕਰਦੇ ਆ ਨੇ ਭੈਣ ਚੋ, ਹੋਰ ਵੀ ਗੱਡੀਆਂ ਉੱਤੇ ਇਹੋ ਜਿਹੇ ਲਾਏ ਆ ਕਿ ਜਿਹੜੇ ਪ੍ਰੈਸ਼ਰ ਹੋਰ ਜਿਹੜੇ ਹੈਗੇ ਜਿਹੜੇ ਪੁਲਿਸ ਵਿਚਾਸੀ ਨੂੰ ਮਨਾ ਗਏ ਨੇ, ਔਰ ਰੋਜ਼ ਅਸਾਂ ਟੀਡੀ ਕਰਕੇ ਉੱਚੀ ਜੀ ਮਾਰ ਕੇ ਤੇਜ਼ ਲੰਘਦਾ ਵਾ ਗੱਡੀ ਦੇ ਵਿੱਚ, ਪਰ ਅਸੀਂ ਕੋਈ ਅਸੀਂ ਇਤਰਾਜ਼ਯੋਗ ਟਿੱਪਣੀ ਨਹੀਂ ਕੀਤੀ ਫਿਰ ਵੀ ਉੱਤੇ ਕਦੀ ਕੀਤਾ ਕੀ। ਹੁਣ ਉਹਨਾਂ ਨੇ ਕੀ ਕੀਤਾ ਕਿ ਮੇਰੇ ਘਰ ਦੇ ਅੰਦਰ 30 ਬੰਦੇ ਅੰਦਰ ਘਰ ਦੇ ਅੰਦਰ ਵੜ ਕੇ ਉਹਨਾਂ ਨੇ ਸਾਡੇ ਉੱਤੇ ਸਿੱਧਾ ਹੀ ਹਮਲਾ ਕੀਤਾ। ਉਹਨਾਂ ਨੇ ਸਾਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ, ਵਾਹਗਾ ਗਮਲੇ ਮਾਰੇ, ਕੁਰਸੀਆਂ ਮਾਰੀਆਂ, ਅੰਦਰ ਅੰਦਰ ਘਰ ਦੇ ਅੰਦਰ ਤੱਕ ਆ ਕੇ ਉਹਨਾਂ ਨੇ ਨੰਗਾ ਨਾਚ ਕੀਤਾ ਵਾ, ਲੇਕਿਨ ਉਹਨਾਂ ਦੇ ਤੇ ਕੋਈ ਜਿਹੜੀ ਪ੍ਰੋਪਰ ਤਰੀਕੇ ਨਾਲ ਕਿਉਂ ਇਹ ਪੁਲਿਸ ਮੁਲਾਜ਼ਮ ਦਾ ਬੇਟੇ ਸੀ, ਉਹ ਪੁਲਿਸ ਮੁਲਾਜ਼ਮ ਦੇ ਬੇਟੇ ਆ, ਨਾਲ ਉਹ ਮੁਲਾਜ਼ਮ ਆਪ ਵੀ ਸੀਗਾ ਜੋ ਸਾਡੇ ਘਰ ਦੇ ਅੰਦਰ ਆਂਟੀ ਨੇ ਕੀਤੀ, ਆਪ ਵੀ ਨਾਲ ਸੀਗਾ। ਕੀ ਪ੍ਰੂਫ ਹੈ ਸਰ ਉਸੀ ਦਾ? SHO ਸਾਹਿਬ ਮੌਕੇ ਤੇ ਆਏ ਨੇ, ਨਾਲ ਇੰਚਾਰਜ ਸਾਹਿਬ ਵੀ ਆਏ ਨੇ, ਪੁਲਿਸ ਵੀ ਆਈ ਹੈ। ਉਹਨਾਂ ਨੇ ਆਪਣੀ ਮੁਲਾਜ਼ਮੀ ਦਾ ਪੱਖ ਪਾਲਿਆ ਉਹਨਾਂ ਨੇ ਕਿ ਉਹਦੇ ਉੱਤੇ ਮੌਕੇ ਉੱਤੇ ਉਸ ਬੰਦਾ ਉਹਨਾਂ ਬੰਦਿਆਂ ਨੂੰ ਕੋਈ ਨਹੀਂ ਫੜਿਆ ਜਿਹੜਾ ਕਿ ਫੜ ਸਕਦੇ ਸੀ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਸੀਸੀਟੀਵੀ ਵੀਡੀਓਜ਼ ਵੀ ਉਹਨਾਂ ਦੇ ਹੱਥ ਲੱਗੀਆਂ ਹਨ। ਅਤੇ ਭਾਵੇਂ ਕੋਈ ਪੁਲਿਸ ਮੁਲਾਜ਼ਮ ਹੋਵੇ ਜਾਂ ਉਸ ਦਾ ਪਰਿਵਾਰਕ ਮੈਂਬਰ, ਜੇਕਰ ਕਾਨੂੰਨ ਦੇ ਮੁਤਾਬਿਕ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਕੋਈ ਹਮਲਾ ਨਹੀਂ ਹੋਇਆ ਜੀ, ਉੱਥੇ ਕੋਈ ਗੱਡੀ ਲਾਉਣ ਤੋਂ ਇਹਨਾਂ ਦਾ ਆਪਸ ਵਿੱਚ ਬਹਿਸ ਵਸਾਈ ਹੋਈ ਆ, ਉਹਦੇ ਸੰਬੰਧ 'ਚ ਦੋ ਧਿਰਾਂ ਹੀ ਛਡਾਉਣ ਵਾਸਤੇ ਅੱਗੇ ਇਹ ਉੱਥੇ ਬਹਿਸ ਵਸਾਈ, ਉਹਨਾਂ ਦਾ ਅਖੀਰ ਝਗੜਾ ਹੋ ਗਿਆ ਵਾ। ਉਸ ਸੰਬੰਧ 'ਚ ਇਹਨੇ ਦਰਖਾਸਤ ਦਿੱਤੀ ਆ ਰਾਕੇਸ਼ ਭਸੀਨ, ਉਹਦੇ ਵਿਭਾਗ 'ਤੇ ਅਸੀਂ ਜੋ ਬਣਦੀ ਕਾਨੂੰਨੀ ਕਾਰਵਾਈ ਕਰ ਰਹੇ। ਸਰ, ਇਹਨਾਂ ਨੂੰ 4 ਗੈਨਮੈਨ ਵੀ ਮਿਲੇ ਸੀ, ਗੈਨਮੈਨ ਕਿੱਥੇ ਹੈਗੇ ਸੀ ਉਸ ਟਾਈਮ ਦੇ? ਉਹ ਵੀ ਪਤਾ ਕਰ ਰਹੇ ਹਾਂ, ਇਹਨਾਂ ਮੁਤਾਬਕ ਇੱਥੇ ਲਾਗੇ ਛਾਗੇ ਕਿਤੇ ਗਏ ਸੀ, ਫਿਰ ਵੀ ਉਹ ਕਰ ਰਹੇ ਹਾਂ, ਉਹਨਾਂ ਬਾਰੇ ਤਸਦੀਕ ਕੀਤੀ ਹੈ। ਸਰ, ਪਤਾ ਲੱਗਿਆ ਸੀ ਕਿਹੜੇ ਬੰਦੇ ਨੇ ਹਮਲਾ ਕੀਤਾ, ਉਹ ਪੁਲਿਸ ਮੁਲਾਜ਼ਮ ਦੇ ਬੱਚੇ ਸੀ, ਇਹ ਸ਼ਰਾਬ ਪੀਤੀ ਹੋਈ ਸੀ ਕਿਤੇ ਲਾਗੇ? ਇਹਨਾਂ ਦੇ ਗੁਆਂਢ ਕੋਈ ਪੁਲਿਸ ਮੁਲਾਜ਼ਮ, ਉਹਨਾਂ ਦੇ ਬੇਟੇ ਦੀ ਸ਼ਾਦੀ ਸੀ, ਉੱਥੇ ਆਏ ਹੋਏ ਸੀ ਸਾਰੇ ਜੋ ਵੀ ਇਹਨਾਂ ਦੇ ਰਿਸ਼ਤੇਦਾਰ। ਉਹਨਾਂ 'ਚੋਂ ਕਿਸੇ ਦੇ ਨਾਲ ਝਗੜਾ ਆਇਆ ਕਿ ਉਹਨਾਂ ਨਾਲ ਹੋਇਆ ਕਿ ਹੋਰ ਕਿਸੇ ਨਾਲ ਆਇਆ, ਉਹ ਅਸੀਂ ਸਾਰੀ ਤਸਦੀਕ ਕਰਕੇ ਜੋ ਵੀ ਦੋਸ਼ੀ ਹੋਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ। ਸਰ, ਇੱਕ ਵੀਡੀਓ ਦੇ ਵਿੱਚ ਇੱਕ ਸਰਦਾਰ ਲੜਕਾ ਬਾਰ ਬਾਰ ਇਹਨਾਂ ਦੇ ਘਰ ਦੇ ਵਿੱਚ ਹਮਲਾ ਕਰ ਰਿਹਾ ਸੀ, ਇਹ ਅਤੇ ਬਾਕੀ ਕਹਿ ਰਹੇ ਜੀ ਪੁਲਿਸ ਆਪਣੀ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹੋ ਜਿਹੀ ਕੋਈ ਗੱਲ ਨਹੀਂ, ਕਾਨੂੰਨ ਸਾਰਿਆਂ ਵਾਸਤੇ ਇੱਕ, ਭਾਵੇਂ ਪੁਲਿਸ ਮੁਲਾਜ਼ਮ ਹੋਵੇ ਚਾਹੇ ਕੋਈ ਵੀ ਹੋਵੇ, ਉਸ ਸੰਬੰਧੀ ਸਾਰੀ ਤਸਦੀਕ ਕਰਕੇ ਤਹਿਕੀਕਾਤ ਕਰਕੇ ਜੋ ਅਸਲੀਅਤ ਹੋਵੇਗੀ ਉਹਦੇ ਮੁਤਾਬਕ ਕਾਰਵਾਈ ਕੀਤੀ। ਨਿਊਜ਼ ਡੈਸਕ ਤੋਂ ਹਰਮਨ ਜੰਡੂ ਦੇ ਨਾਲ ਮਨਿੰਦਰ ਕੌਰ, ਵੌਇਸ ਆਫ ਪੰਜਾਬ, ਅੰਮ੍ਰਿਤਸਰ।